ਧਰੋਵਰ ਏਕ। ਨਾਨਕ ਧਰੋਵਰ ਏਕ, ਨਾਨਕ ਧਰੋਵਰ ਏਕ, ਫਲ ਦੋ ਆਵਤੇ
जात ना दिसे ना पर पंखी निशा
ਸਮੁੰਦਰ ਵਿੱਚ ਖਜ਼ਾਨੇ ਵਿੱਚ ਜਦੋਂ ਝਾਤ ਪਾਈਏ ਬਹੁਤ ਕੁਛ ਅਜਿਹਾ ਮਿਲਦਾ ਜਿਹਨੂੰ ਜੇ ਸਮਝ ਨਾ ਸਕੀਏ ਤਾਂ ਅਜਾਣੇ ਹੀ ਜੀਵਨ ਵਿੱਚੋਂ ਲੰਘ ਜਾਂਦਾ ਹੈ। ਇਸ ਲਈ ਖਾਸ ਕਰ ਇਸ ਅਸਥਾਨ ਨੂੰ ਮੁੱਖ ਰੂਪ ਵਿੱਚ ਇਸੇ ਲਈ ਸ਼ੁਰੂ ਕੀਤਾ ਗਿਆ ਕਿ ਅਸੀਂ ਗੁਰਬਾਣੀ ਦੇ ਡੀਪ ਵਿਚਾਰ ਭਾਵ ਸਮਝ ਸਕੀਏ। ਸੰਸਾਰ ਰਾਤ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਬਾਣੀ ਦਾ ਲੜੀਵਾਰ ਸ਼ਬਦ ਆਇਆ ਸੀ।
ਉਹਦੇ ਵਿੱਚ ਸੰਸਾਰ ਦੀ ਗੱਲ ਸੀ ਅਤੇ ਮੈਂ ਕੀਤੀ ਸੀ ਸਵੇਰੇ ਆਪਾਂ ਦੂਜਾ ਪੱਖ ਵਿਚਾਰਾਂਗੇ। ਉਹਦੇ ਵਿੱਚ ਸੰਸਾਰ ਦਾ ਇਹ ਪੱਖ ਸੀ ਮਨ ਰੇ ਸੱਚਾ ਗਹੋ ਵਿਚਾਰਾ ਰਾਮ ਨਾਮ ਬਿਨ ਮਿਥਿਆ ਮਾਨੋ ਰਾਮ ਨਾਮ ਬਿਨ ਮਿਥਿਆ ਮਾਨੋ ਸਗਰੋ ਏ ਸੰਸਾਰਾ ਸੰਸਾਰ ਹੈ ਝੂਠ ਹੈ ਝੂਠ ਹੈ। ਮੈਂ ਰਾਤ ਵਾਲੇ ਵਿਸਥਾਰ ਵਿੱਚ ਨਾ ਜਾਵਾਂ ਅਤੇ ਸਵਾਲ ਖੜਾ ਸਾਰੇ ਸ਼ਬਦ ਵਿੱਚ ਇਹੋ ਸੀ ਉਹ ਮਿੱਥਿਆ ਕਿਉਂ ਹੈ ਤੂੰ ਆਪਣੇ ਜੀਵਨ ਨੂੰ ਇਸ ਮਿੱਥਿਆ ਸੰਸਾਰ ਵਿੱਚ ਕਿਉਂ ਮਿੱਥਿਆ ਕਰ ਰਿਹਾ ਹੈ। ਸੋਚੀ ਪੈ ਗਿਆ ਸਾ ਫਿਰ ਸੰਸਾਰ ਛੱਡਦਿਆਂ ਮੇਰੇ ਸਾਹਮਣੇ ਗੁਰਬਾਣੀ ਦੀਆਂ ਦੋ ਲਾਈਨਾਂ ਆਹਮੋ ਸਾਹਮਣੇ ਆ ਗਈਆਂ। ਇੱਕ ਸੀ ਬਾਬਾ ਬਿਖ ਦੇਖਿਆ ਸੰਸਾਰ ਸੰਸਾਰ ਜ਼ਹਿਰ ਹੈ ਸੰਸਾਰ ਬਿਖ ਹੈ। ਇੱਥੇ ਵੀ ਲਫ਼ਜ਼ ਆਏ ਸਨ ਵਿਖ ਹੈ ਸੰਸਾਰ ਮੈਨੂੰ ਜਦੋਂ ਵਿਚਾਰਿਆ ਤਾਂ ਜ਼ਹਿਰ ਨਜ਼ਰ ਆਇਆ ਇਸ ਲਈ ਸੋਚੀ ਪੈ ਗਿਆ ਛੱਡਦਿਆਂ। ਹੁਣ ਸੋਚਿਓ ਜੇ ਭਲਾ ਇਹ ਫੈਸਲਾ ਹੋ ਜਾਏ ਰੱਬ ਨੂੰ ਮੰਨਣ ਵਾਲੇ ਆਸਤਿਕ ਪੁਰਸ਼ ਨੇ ਸੰਸਾਰ ਛੱਡ ਦੇਣਾ ਹੈ ਤਾਂ ਭਲਾ ਸਾਡੀ ਪਰਿਵਾਰਕ ਜ਼ਿੰਦਗੀ ਕਿਹੋ ਜਿਹੀ ਹੋ ਜਾਏ। ਜੇ ਭਲਾ ਸਾਡੇ ਸਾਹਮਣੇ ਇਹ ਫੈਸਲਾ ਆ ਜਾਏ ਕਿ ਦੁਨੀਆ ਨਾ ਸਲਾਹੇ ਜੋ ਮਰ ਬੰਜ ਸੀ ਲੋਕਾਂ ਨਾ ਸਲਾਹੇ ਜੋ ਮਰ ਖਾਕ ਥੀ। ਬਾਬਾ ਵਿਖ ਦੇਖਿਆ ਸੰਸਾਰ ਤੇ ਸਵਾਲ ਖੜਾ ਹੋ ਗਿਆ ਫਿਰ ਸੰਸਾਰ ਛੱਡਦਿਆਂ। ਪਰ ਇੱਕ ਖਿਆਲ ਕਰਿਓ ਗੁਰੂ ਸਾਡੇ ਜੀਵਨ ਨੂੰ ਨਿਰਾਸ਼ਤਾ ਵੱਲ ਨਹੀਂ ਲਿਜਾਂਦਾ। ਹਾਂ
ਸਾਡੇ ਜੀਵਨ ਵਿੱਚ ਵੀ ਕਈ ਵਾਰ ਪਲ ਇਹੋ ਜਿਹੇ ਆਉਂਦੇ ਨੇ ਜਿਨ੍ਹਾਂ ਪਲਾਂ ਵਿੱਚ ਅਸੀਂ ਸੰਸਾਰ ਤੋਂ ਨਾਸਤਿਕ ਹੋ ਜਾਂਦੇ ਹਾਂ। ਕੀ ਲੈਣਾ ਹੈ ਇਸ ਸੰਸਾਰ ਤੋਂ, ਇੱਥੇ ਕੋਈ ਆਪਣਾ ਨਹੀਂ। ਜਦੋਂ ਕਿਸੇ ਨਜ਼ਦੀਕੀ ਵੱਲੋਂ ਧੋਖਾ ਮਿਲਦਾ ਨਾ, ਕਈ ਵਾਰ ਮਨੁੱਖ ਸੋਚੀ ਪੈ ਜਾਂਦਾ ਕੀ ਲੈਣਾ ਹੈ ਉਹ ਜੇ ਸੰਸਾਰ ਤੋਂ। ਪਰ ਉਹ ਨਿਰਾਸ਼ਤਾ ਨੂੰ ਇੱਕ ਖੁਸ਼ੀ, ਇੱਕ ਆਨੰਦ ਵਿੱਚ ਬਦਲਣ ਲਈ, ਪਿਛਲੇ ਦਿਨਾਂ ਵਿੱਚ ਮੈਂ ਇੱਕ ਗੱਲ ਕਹੀ ਸੀ, ਇੱਕ ਵਿਵਾਹ 'ਤੇ ਬੋਲ ਰਿਹਾ ਸੀ, ਉੱਥੇ ਵੀ ਮੈਂ ਇੱਕ ਗੱਲ ਕਹੀ ਸੀ ਭਲਿਓ, ਆ ਜਿਹੜੇ ਹਜ਼ਾਰਾਂ ਲੋਕ ਜੰਗਲਾਂ ਵਿੱਚ ਚਲੇ ਗਏ ਯੋਗੀ ਬਣ ਕੇ, ਸਾਧ ਬਣ ਕੇ, ਕਿਉਂ ਗਏ? ਉਹਨਾਂ ਵੀ ਸੋਚਿਆ ਬਾਬਾ ਬਿਖ ਦੇਖਿਆ ਸੰਸਾਰ, ਦੁਨੀਆ ਤੋਂ ਨਾਸਤਕ ਹੋ ਕੇ ਜੰਗਲ ਨੂੰ ਤੁਰ ਪਏ, ਸੰਸਾਰ ਛੱਡ ਦੇਣਾ। ਪਰ ਗੁਰੂ ਨੇ ਸਾਨੂੰ ਸੰਸਾਰ ਛੱਡਣ ਲਈ ਆਖਿਆ, ਕਿਉਂਕਿ ਨਾ ਆਪ ਛੱਡਿਆ, ਮਸਲਾ ਇਹ ਸੀ, ਆਪ ਵੀ ਨਹੀਂ ਛੱਡਿਆ, ਆਪ ਵੀ ਗ੍ਰਿਸਤੀ ਹੋਏ, ਕਾਰੋਬਾਰੀ ਹੋਏ। ਸਿੱਖ ਨੂੰ ਵੀ ਆਖਿਆ ਤੂੰ ਗ੍ਰਿਸਤੀ ਬਣਨਾ ਹੈ, ਕਾਰੋਬਾਰੀ ਹੋਣਾ ਹੈ। ਕਿਉਂ? ਕਹਿਣ ਲੱਗੇ ਮੈਂ ਤੈਨੂੰ ਸੰਸਾਰ ਛੱਡਣ ਲਈ ਨਹੀਂ, ਬਲਕਿ ਸੰਸਾਰ ਵਿੱਚ ਕਿਵੇਂ ਰਹਿਣਾ ਹੈ ਉਹ ਰਹਿਣਾ ਸਿਖਾਉਣਾ ਚਾਹੁੰਦਾ। ਤੈਨੂੰ ਪਤਾ ਲੱਗ ਜਾਏ ਰਹਿਣਾ ਇਸ ਦੁਨੀਆਂ ਵਿੱਚ ਹੈ। ਮੈਂ ਹੈਰਾਨ ਹੋਇਆ ਜਦੋਂ ਮੇਰੇ ਸਾਹਮਣੇ ਇੱਥੋਂ ਕਾਹੀ ਜਿੱਥੇ ਇੱਕ ਸੀ, ਬਾਬਾ ਬਿਖ ਦੇਖਿਆ ਸੰਸਾਰ, ਅਤੇ ਦੂਜੇ ਪਾਸੇ ਨਾਲ ਹੀ ਇਹ ਵੀ ਆਖ ਦਿੱਤਾ, ਵਿਸ ਸੰਸਾਰ ਤੁਮ ਜੇ ਦੇਖਦੇ ਇਹੋ ਹਰ ਕਾ ਰੂਪ ਹੈ। ਉੱਥੇ ਵੀ ਕਹਿ ਦਿੱਤਾ ਇਹ ਜਿਹਨੂੰ ਤੂੰ ਵੇਖ ਜ਼ਹਿਰ ਸਮਝ ਰਿਹਾ, ਰੱਬ ਦਾ ਘਰ ਵੀ ਇੱਥੇ ਹੀ ਹੈ। ਦੋਨੋਂ ਗੱਲਾਂ ਸਾਡੇ ਸਾਹਮਣੇ ਆ ਗਈਆਂ। ਅਸੀਂ ਮਸਲੇ ਜੀਵਨ ਦੇ ਜਿਹੜੇ ਨੇ ਇਹੋ ਹੀ ਤਾਂ ਗੁਰਬਾਣੀ ਵਿੱਚੋਂ ਸਮਝਣੇ ਨੇ। ਇੱਕ ਪਾਸੇ ਆਖ ਦਿੱਤੇ ਨੇ ਬਾਬਾ ਬਿਖ ਦੇਖਿਆ ਸੰਸਾਰ, ਤੇ ਇੱਕ ਪਾਸੇ ਆਖਦੇ ਨੇ ਇਹ ਵਿਸ ਸੰਸਾਰ ਤੁਮ ਜੇ ਦੇਖਦੇ ਇਹੋ ਹਰ ਕਾ ਰੂਪ ਹੈ। ਹਰ ਰੂਪ ਨਜ਼ਰ ਹੀ ਆਇਆ, ਮਤ ਸਮਝੇ ਇਹਦੇ ਤੋਂ ਬਾਅਦ ਬਾਹਰ ਕਿਤੇ ਰੱਬ ਦੇਖਿਆ ਜਾ ਸਕਦਾ ਹੈ? ਰੱਬ ਵੀ ਇੱਥੇ ਰਹਿੰਦਾ ਹੈ। ਹੁਣ ਮਨੁੱਖ ਸੋਚੀ ਪੈ ਜਾਏਗਾ ਨਾ ਜੀ, ਉਸ ਦਿਨ ਵੀ ਇਹੋ ਗੱਲ ਆਈ, ਕਹਿਣ ਲੱਗੇ ਫਰਕ ਕੀ ਪਿਆ, ਗੁਰੂ ਨੇ ਗ੍ਰਿਸਤੀ ਬਣਨ ਲਈ ਕਿਉਂ ਆਖਿਆ? ਕਹਿਣ ਲੱਗੇ ਗੁਰੂ ਦੁਆਰੇ ਹਮਰਾ ਵਿਆਹ ਜੇ ਹੋਆ, ਆ ਫਰਕ ਸੀ। ਗੁਰਦੁਆਰੇ ਵਿੱਚ, ਗੁਰੂ ਕੇ ਦਰਬਾਰ ਵਿੱਚ, ਖੈਰ ਬੜਾ ਲੰਬਾ ਸਬਜੈਕਟ ਹੈ ਲਾਵਾਂ ਦਾ, ਵੀ ਇਹ ਸਭ ਕੁਝ ਕਿਉਂ ਹੋਇਆ।
ਇਹ ਸਿਰਫ ਉਸੇ ਗੱਲ ਨੂੰ ਬਦਲਣ ਲਈ ਹੋਇਆ ਕਿ ਜਿਹੜਾ ਇਹਦੇ ਮਨ ਵਿੱਚ ਇਹ ਆ ਰਿਹਾ ਨਾ ਸੰਸਾਰ ਵੇਖਿਆ ਹੈ, ਇਹਨੂੰ ਇਹ ਦੱਸ ਸਕਾਂ ਕਿ ਸੰਸਾਰ ਵਿੱਚ ਕਿਵੇਂ ਰਹਿਣਾ ਹੈ, ਦੁਨੀਆ ਛੱਡਣੀ ਨਹੀਂ, ਦੁਨੀਆ ਵਿੱਚ ਕਿਵੇਂ ਰਹਿਣਾ ਹੈ। ਫਿਰ ਉਹ ਵਿਆਹ ਜਿਹੜਾ ਪਹਿਲਾਂ ਕਦੀ ਬੇਦੀਆਂ ਦੁਆਲੇ, ਕਦੀ ਅੱਗ ਦੁਆਲੇ ਹੁੰਦਾ ਸੀ, ਉਹ ਫਿਰ ਗੁਰੂ ਦੁਆਰੇ ਹੋਣ ਲੱਗ ਪਿਆ। ਅਤੇ ਜਦੋਂ ਗੁਰੂ ਦੁਆਰੇ ਹੋਇਆ, ਉਹੋ ਹੀ ਜਿਹਨੂੰ ਵਿਆਹ ਨੂੰ ਗ੍ਰਸਤ ਨੂੰ ਛੱਡ ਲੋਕ ਭੱਜਦੇ ਸਨ, ਫਿਰ ਉਸਨੂੰ ਆਨੰਦ ਕਾਰਜ ਆਖਣ ਲੱਗ ਪਏ। ਇਹੋ ਉਹ ਵਿਆਹ ਆਨੰਦ ਕਾਰਜ ਬਣ ਗਿਆ। ਪਰ ਮੈਂ ਅੱਜ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਰਾਤ ਦੇ ਉਸ ਸਬਜੈਕਟ ਨੂੰ ਅੱਗੇ ਤੋਰਨਾ ਚਾਹੁੰਦਾ। ਕਹਿਣ ਲੱਗੇ, ਮੈਂ ਤੈਨੂੰ ਇਹ ਵੀ ਸਮਝਾਉਣਾ ਚਾਹੁੰਦਾ ਦੁਨੀਆ ਵਿੱਚ ਕਿਵੇਂ ਰਹਿਣਾ ਹੈ। ਅੱਜ ਆ ਉਹਦਾ ਜਵਾਬ ਹੈ, ਚਾਰ ਲਾਈਨਾਂ ਨੇ ਇਸ ਦੀਆਂ ਸ਼ਬਦ ਦੀਆਂ, ਜਿਹਦੇ ਨੂੰ ਆਪਾਂ ਦੁਬਾਰਾ ਪੜ੍ਹ ਲਈਏ ਅਤੇ ਵਿਚ ਲਈਏ। ਨਾਨਕ ਧਰਵਰ ਏਕ, ਅਤੇ ਐਗਜ਼ਾਮਪਲ ਦਿੰਦੇ ਨੇ ਸਮਝਾਉਣ ਲਈ ਇੱਕ ਪੰਛੀ ਦੇ। ਕਹਿਣ ਲੱਗੇ, ਤੈਨੂੰ ਪੰਛੀ ਦੇ ਜੀਵਨ 'ਤੇ ਝਾਤ ਪਾ ਕੇ ਉਹਦੇ ਵਿੱਚੋਂ ਕੁਝ ਲੱਭਣਾ ਪਏਗਾ। ਕਈ ਵਾਰ ਜਾਨਵਰਾਂ ਕੋਲੋਂ ਸਮਝਣਾ ਪੈਂਦਾ, ਕਈ ਵਾਰ ਪੰਛੀਆਂ ਕੋਲ। ਆ ਗੁਰੂ ਨੇ ਕਿਉਂ ਆਖ ਦਿੱਤਾ, ਸਵਾਮੀ ਕੋ ਗ੍ਰਿਉ ਜਿਉ ਸਦਾ ਸੁਆਣ ਤਜਤ ਨਹੀਂ ਨਿਤ ਨਾਨਕ ਇਹ ਵਿਧਾਰ ਭਜੋ। ਉਹਦੇ ਕੋਲੋਂ ਵੀ ਕੁਝ ਸਿੱਖ। ਅਤੇ ਇੱਥੇ ਮਸਲਾ ਆ ਗਿਆ, ਪੰਛੀਆਂ ਕੋਲੋਂ ਕੁਝ ਸਿੱਖ। ਕਿਉਂ? ਕਿਉਂਕਿ ਤੂੰ ਵੀ ਇੱਕ ਪੰਛੀ ਦੇ ਰੂਪ ਵਿੱਚ ਇਸ ਸੰਸਾਰ ਦੇ ਦਰਖਤ 'ਤੇ ਬੈਠਣ ਲਈ, ਰਾਤ ਬਿਤਾਉਣ ਲਈ ਆਇਆ। ਪੰਛੀ ਕੀ ਹੁੰਦਾ? ਬਾਗਾਂ ਵਿੱਚ ਰਹਿੰਦਾ, ਹਰਿਆਵਲ ਵਿੱਚ ਰਹਿੰਦਾ, ਖੂਬਸੂਰਤੀ ਵਿੱਚ ਰਹਿੰਦਾ, ਕੁਦਰਤ ਦੀ ਗੋਦ ਵਿੱਚ ਰਹਿੰਦਾ। ਉੱਥੋਂ ਹੀ ਉਹਦੀ ਖੁਰਾਕ ਹੈ, ਉਹਨੂੰ ਮੁੱਲ ਨਹੀਂ ਦੇਣਾ ਪੈਂਦਾ, ਉਹਨੂੰ ਬਾਜ਼ਾਰੋਂ ਨਹੀਂ ਖਰੀਦਣੀ ਪੈਂਦੀ, ਉੱਥੇ ਹੀ ਰਹਿੰਦਾ। ਪਰ ਕਿ ਡੱਬੇ ਲਾ ਗਏ, ਰਾਤ ਕੱਟਣ ਆਉਂਦਾ। ਜਿਨ੍ਹਾਂ ਬਾਗਾਂ ਨੂੰ ਦੇਖਣ ਲਈ ਅਸੀਂ ਕਦੀ ਕਦਾਈ ਬੜਾ ਉੱਦਮ ਕਰਨੇ ਹਾਂ, ਤਰਸਨੇ ਹਾਂ ਵੀ ਸਮਾਂ ਮਿਲੇ ਛੁੱਟੀਆਂ ਦਾ, ਕਿਸੇ ਬਾਗ ਬਗੀਚੇ ਹਰਿਆਵਲ ਨੂੰ ਦੇਖੀਏ। ਉੱਥੇ ਉਹ ਰਹਿੰਦਾ। ਪਰ ਕੇਵਲ ਰਾਤ ਕੱਟਣ ਲਈ ਆਉਂਦਾ, ਆਲਣਾ ਵੀ ਪਾਉਂਦਾ, ਉੱਥੇ ਹੀ ਪਾਉਂਦਾ। ਇੱਕ ਇੱਕ ਤੀਲਾ ਕਰਕੇ ਉਹਨੂੰ ਆਲਣਾ ਪਾਉਣਾ ਪੈਂਦਾ। ਪਰ ਅਜੀਬ ਗੱਲ ਹੈ, ਆਲਣਾ ਪਾਉਂਦਾ ਬਾਗ ਵਿੱਚ, ਕੱਟਣ ਰਾਤ ਆਉਂਦਾ। ਗੁਰੂ ਨੇ ਵੀ ਬਾਣੀ ਵਿੱਚ ਆਖਿਆ, ਅੱਜ ਹਰ ਗੱਲ ਮੈਨੂੰ ਬਾਣੀ ਵਿੱਚੋਂ ਮਿਲਦੀ ਹੈ। ਸਤਿਗੁਰੂ ਕਹਿੰਦੇ ਨੇ ਫਰੀਦਾ
ਪੰਖ ਪਰਾਹੁਣੀ ਫਰੀਦਾ ਪੰਖ ਪਰਾਹੁਣੀ ਪੰਛੀ ਜਿਹੜਾ ਪ੍ਰਾਹੁਣੇ ਵਾਂਗੂ ਰਾਤ ਕੱਟਣਾ ਆਉਂਦਾ ਹੈ, ਇੱਕ ਮਹਿਮਾਨ ਵਾਂਗੂ, ਹਾਲਾਂਕਿ ਅਲਨਾਉਣੇ ਆ ਪੜਾਇਆ ਹੁੰਦਾ ਹੈ। ਬਾਗ ਵੀ ਬੜਾ ਸੁਹਾਵਣਾ ਹੈ, ਇਹਦੇ ਵਿੱਚ ਕੋਈ ਦੋ ਰਾਇਆ ਨਹੀਂ, ਸ਼ੱਕ ਨਹੀਂ। ਫਰੀਦਾ ਪੰਖ ਪਰਾਹੁਣੀ ਦੁਨੀ ਸੁਹਾਵਾ ਬਾਗ, ਦੁਨੀ ਸੁਹਾਵਾ ਬਾਗ। ਪਰ ਇੱਕ ਗੱਲ ਖਿਆਲ ਰੱਖਦਾ, ਨੌਬਤ ਵੱਜੀ ਸੁਭਾ ਸਿਆ, ਦਿਨ ਦਾ ਕੜਿਆਲ ਖੜਕਿਆ, ਜਰਾ ਚਾਨਣ ਹੋਇਆ, ਇਹ ਨਹੀਂ ਸੋਚਦਾ ਇਹ ਕੱਲ ਨੇ ਇਹ ਆਲਣਾ ਤਾਂ ਮੈਂ ਹਾਂ ਬਣਾਇਆ ਇਹਨੂੰ ਛੱਡ ਕੇ, ਕਿਉਂ ਮੇਰੇ ਬੱਚੇ ਮੇਰੇ ਵੋਟ ਵੀ ਇਹਦੇ ਵਿੱਚ ਨੇ। ਉੱਡ ਪੈਂਦਾ, ਛੱਡ ਦਿੰਦਾ, ਸਾਰਾ ਦਿਨ ਚੋਗਾ ਵੀ ਚੁਗਣ ਜਾਂਦਾ ਉੱਥੇ, ਜਿਹੜਾ ਨਿਸ਼ਚਿਤ ਨਹੀਂ, ਪਤਾ ਨਹੀਂ ਉਹਨੂੰ ਚੋਗਾ ਕਿੱਥੋਂ ਮਿਲਣਾ ਹੈ। ਇੱਕ ਇੱਕ ਦਾਣਾ ਕਰਕੇ ਥਾਂ ਥਾਂ ਤੋਂ ਚੋਗਾ ਚੁਗਦਾ ਹੈ, ਨਿਸ਼ਚਿਤ ਕੋਈ, ਤੂੰ ਤਾਂ ਆਪਣੇ ਬੈਂਕ ਬੈਲੈਂਸ ਬਣਾਏ ਨੇ, ਉਹਦਾ ਕੋਈ ਬੈਂਕ ਬੈਲੈਂਸ ਨਹੀਂ, ਪਰ ਉਦਾਸ ਨਹੀਂ ਹੁੰਦਾ, ਨਿਰਾਸ਼ ਨਹੀਂ ਹੁੰਦਾ, ਭੋਰਾ ਭੋਰਾ ਚੁਗਦਾ। ਗੁਰੂ ਨੇ ਕਿਉਂ ਆਖ ਦਿੱਤਾ ਮੈਨੂੰ ਪੰਖੀ ਚੰਗੇ ਲੱਗਦੇ ਨੇ, ਪੰਖੀ ਚੰਗੇ ਲੱਗਦੇ ਨੇ। ਗੁਰੂ ਕਹਿੰਦੇ ਨੇ ਹਉ ਬਲਿਹਾਰੀ ਤਿੰਨਾ ਪੰਖੀਆਂ, ਹਉ ਬਲਿਹਾਰੀ ਤਿੰਨਾ ਪੰਖੀਆਂ, ਜੰਗਲ ਜਿੰਨਾ ਵਾਸ, ਜੰਗਲ ਜਿੰਨਾ ਵਾਸ, ਕੰਕਰ ਚੁਗਣ ਵਿਚਾਰੇ ਭੋਰਾ ਭੋਰਾ ਚੁਗਦੇ ਨੇ। ਜ਼ਮੀਨ 'ਤੇ ਜਾਂ ਦਰਖਤ ਦੀ ਟਾਹਣੀ 'ਤੇ ਆਲਣਾ ਪਾ ਕੇ ਰਾਤ ਰਹਿੰਦੇ ਨੇ, ਪਰ ਸ਼ੁਕਰ ਕਰਦੇ ਨੇ ਉਹ ਭਲਿਆ ਤੂੰ ਤਾਂ ਐਡੇ ਮਹੱਲਾਂ ਵਿੱਚ ਰਹਿੰਦੇ ਹੋਇਆ 36 ਪ੍ਰਕਾਰ ਦੇ ਭੋਜਨ ਕਰਦੇ ਹੋ, ਵੀ ਕਦੀ ਸ਼ੁਕਰ ਕੀਤਾ ਆਪਣੇ ਹਿਰਦੇ ਵਿੱਚ ਸੋਚ। ਬਸ ਇਹ ਗੱਲਾਂ ਗੁਰੂ ਕੋਲੋਂ ਸਿੱਖਣੀਆਂ ਨੇ। ਸਤਿਗੁਰੂ ਬਾਣੀ ਵਿੱਚ ਕਹਿੰਦੇ ਨੇ ਕੰਕਰ ਚੁਗਣ ਥਲ ਵਸਣ, ਰੱਬ ਨਾ ਛੋੜਨ ਪਾਸ, ਉਹਨੂੰ ਵੱਖਰਾ ਨਹੀਂ ਕਰਦੇ। ਕਹਿੰਦੇ ਨੇ ਸਾਡਾ ਰਾਜ਼ਕ ਉਹ ਹੈ, ਸਾਨੂੰ ਕੀ ਲੋੜ ਹੈ ਜੋੜ ਜੋੜ ਕੇ ਸਟੋਰ ਭਰਨ ਦੀ, ਜਬੇ ਦੇ ਤਾਂ ਖਾਏ। ਕਿੱਡਾ ਭਰੋਸਾ ਹੈ, ਕਿੱਡਾ ਵਿਸ਼ਵਾਸ ਹੈ। ਕਹਿਣ ਲੱਗੇ ਕਦੀ ਤੂੰ ਧਿਆਨ ਦੇਵੇਂ ਤਾਂ ਹੇ ਮਨੁੱਖ ਤੂੰ ਵੀ ਸੰਸਾਰ ਦੇ ਇਸ
ਤਰਵਰ ਅਤੇ ਤਰਵਰ ਕਹਿੰਦੇ ਨੇ ਦਰਖਤ ਨੂੰ, ਬਿਰਖ ਨੂੰ। ਇਸ ਤਰਵਰ 'ਤੇ ਇੱਕ ਪੰਖੀ ਵਾਂਗੂ ਆਇਆ, ਤੂੰ ਵੀ ਇੱਕ ਪੰਖੀ ਹੈ। ਜਿਸ ਦਿਨ ਤੂੰ ਪੰਖੀ ਵਾਲੇ ਜੀਵਨ ਨੂੰ ਸਮਝ ਲਿਆ, ਤੈਨੂੰ ਸੰਸਾਰ ਵਿੱਚ ਰਹਿਣਾ ਵਾਜਬ ਹੋ ਜਾਏਗਾ, ਤੈਨੂੰ ਜਿਉਣ ਜਿਉਣਾ ਆਸਾਨ ਹੋ ਜਾਏਗਾ ਜੀ। ਕਿਉਂ ਪੰਖੀ ਵਾਂਗੂ ਕਿਵੇਂ ਆਇਆ, ਲਓ ਇਸ ਦੇ ਉੱਤੇ ਸਾਰਾ ਸ਼ਬਦ ਹੈ ਚਾਰ ਤੁਕਾਂ ਦਾ। ਨਾਨਕ ਤਰਵਰ ਏਕ ਫਲ ਦੋਏ। ਇਹਦੇ ਤੇ ਦੋ ਫਲ, ਚੰਗਿਆਈ ਤੇ ਬੁਰਿਆਈ, ਨੇਕੀ ਤੇ ਬਦੀ, ਸੱਚ ਤੇ ਝੂਠ। ਤੂੰ ਇਸ ਦਰਖਤ ਤੇ ਆ ਕੇ ਬੈਠਾ, ਤੈਨੂੰ ਪਛਾਣ ਕਰਨੀ ਪਏਗੀ ਮੈਂ ਕਿਹੜਾ ਫਲ ਛੱਡਣਾ ਤੇ ਕਿਹੜਾ ਗ੍ਰਹਿਣ ਕਰਨਾ। ਲਓ ਆਹੀ ਫਰਕ ਹੈ। ਬੜਾ ਲੰਬਾ ਸਬਜੈਕਟ ਹੈ, ਮੈਨੂੰ ਨਜ਼ਰ ਨਹੀਂ ਆਉਂਦਾ ਇਸ ਵਾਰ ਪੂਰਾ ਕਰ ਸਕਦਾ। ਪਛਾਣ ਕਰ ਲੈ, ਇਹ ਮਨੁੱਖ ਕੋਲ ਨਹੀਂ, ਉਹਦੇ ਕੋਲ ਹੈ। ਆਹ ਮੈਂ ਕਈ ਵਾਰੀ ਸ਼੍ਰੀ ਆਸ਼ਾ ਜੀ ਵਾਰ ਦਾ ਸਲੋਕ ਪੜ੍ਹਨਾ ਅਤੇ ਕਹਿੰਦਾ ਸਤਿਗੁਰੂ ਕੋਈ ਸਪਸ਼ਟ ਗੱਲ ਕਰਦੇ ਨੇ, ਕਹਿੰਦੇ ਨੇ ਸਿਮਲ ਰੁੱਖ ਸਾਰਾ ਹੈ ਆਦੀ ਰਗਤ ਮੁੱਛ। ਬੜਾ ਖੂਬਸੂਰਤ ਦਿਸਦਾ ਹੈ, ਬੜਾ ਉੱਚਾ ਲੰਬਾ ਹੈ, ਪਰ ਉਹਦੀ ਉਚਾਈ, ਉਹਦੀ ਹਰਿਆਵਲ ਨੂੰ ਦੇਖ ਕੇ ਪੰਛੀ ਆਉਂਦੇ ਨੇ, ਪਰ ਪੰਛੀ ਇੰਨੇ ਭੋਲੇ ਨੇ ਹੀ ਸਾਡੇ ਵਰਗੇ ਵੀ ਪਛਾਣ ਨਾ ਸਕਣ। ਜ਼ਰਾ ਚੁੰਝ ਲਾਉਂਦੇ ਨੇ, ਵੇਖਦੇ ਨੇ ਇਹ ਫਲ ਸਾਡੇ ਕੰਮ ਦੇ ਨਹੀਂ, ਅਸੀਂ ਨਹੀਂ ਸਮਝ ਸਕਦੇ। ਆ ਸੰਸਾਰ ਅੰਦਰ ਜਿੰਨਾ ਪਖੰਡ ਧੋਖਾ ਚੱਲ ਰਿਹਾ ਨਾ, ਇਹ ਇਸੇ ਗੱਲ ਦੀ ਤੁਫੈਲ ਚੱਲ ਰਿਹਾ, ਕਿਉਂਕਿ ਅਸੀਂ ਉਹਨੂੰ ਸਮਝ ਨਹੀਂ ਸਕਦੇ, ਪਖੰਡ ਨੂੰ ਪਛਾਣ ਨਹੀਂ ਸਕਦੇ। ਇਹ ਸਾਰੇ ਸਾਡੇ ਸਾਹਮਣੇ ਬੜਾ ਲੰਬਾ ਸਬਜੈਕਟ ਸਵਾਲ ਨੇ। ਜੇ ਦੋ ਚੀਜ਼ਾਂ ਪੈਦਾ ਕੀਤੀਆਂ ਨੇ, ਸਵਾਲ ਨੇ। ਜੇ ਕੋਇਲ ਅਤੇ ਕਾਂ ਦੋਨੋਂ ਕਾਲੇ ਕਰਕੇ ਰੱਖ ਦਿੱਤੇ ਨੇ, ਸਾਡੇ ਸਾਹਮਣੇ ਸਵਾਲ ਨੇ। ਤੈਨੂੰ ਪਤਾ ਹੋਵੇ ਕੋਇਲ ਵਿੱਚ ਅਤੇ ਕਾਂ ਵਿੱਚ ਕੀ ਫਰਕ ਹੈ। ਭਾਈ ਗੁਰਦਾਸ ਨੇ ਆਖਿਆ ਕੋਇਲ ਕਾਂ ਰਲਾਈਆਂ ਕਿਉਂ ਹੋਵਣ ਇੱਕੇ। ਜੇ ਕਾਂ ਅਤੇ ਕੋਇਲ ਦੋਵਾਂ ਨੂੰ ਇਕੱਠਾ ਕੋਈ ਪਿੰਜਰੇ ਵਿੱਚ ਬੰਦ ਕਰ ਦੇਵੇ, ਇੱਕ ਥਾਂ ਬਿਠਾ ਦੇਵੇ ਤਾਂ ਇੱਕ ਹੋ ਜਾਣਗੇ। ਨਹੀਂ, ਕੋਇਲ ਕੋਇਲ ਹੈ, ਕਾਂ ਕਾਂ ਹੈ। ਕੋਇਲ ਕਾਂ ਰਲਾਈਆਂ ਕਿਉਂ ਹੋਣ ਇੱਕੇ, ਸਾਡੇ ਕੋਲ ਪਛਾਣ ਨਹੀਂ। ਬਗਲੇ ਹੰਸ ਬਰਾਬਰੀ ਕਿਉਂ ਹੋਣ ਇੱਕੇ। ਬਗਲਾ ਅਤੇ ਹੰਸ ਦੋਵੇਂ ਚਿੱਟੇ ਕਰ ਦਿੱਤੇ, ਭਲਾ ਪਛਾਣ ਇਹਨਾਂ ਵਿੱਚੋਂ ਕਿਹੜਾ ਬਗਲਾ ਹੈ। ਗੁਰੂ ਨੇ ਬਾਣੀ ਵਿੱਚ ਕਿਉਂ ਆਖ ਦਿੱਤਾ ਕਿ ਮੈਂ ਦੇਖਦਾ ਕੀ ਹਾਂ, ਜੇ ਹੰਸਾਂ ਵਿੱਚ ਬੈਠਾ ਬੱਗ ਨਾ ਬਣੇ, ਨਿਤ ਬੈਠਾ ਮੱਛੀ ਨੂੰ ਤਾਰ ਲਾਵੇ। ਜਹਾਂ ਸਭਾ ਵਿਚਾਰ ਕਰ ਦੇਖੇ ਤਾਂ ਬੱਗਾਂ ਨਾਲ ਜੋੜ ਕਦੇ ਨਾ ਆਵੇ। ਕਿਉਂ? ਕਿਉਂਕਿ ਹੰਸਾਂ ਹੀਰਾ ਮੇਤੋਂ ਮੋਤੀ ਚੁਗਣਾ, ਬੱਗ ਡੱਡਾਂ ਭਾਲਣ ਜਾਵੇ। ਪਰ
ਅਸੀਂ ਸਿਰਫ ਚਿੱਟਾ ਰੰਗ ਹੀ ਚੋਲੇ ਚਿੱਟੇ ਵੇਖਣੇ ਆ। ਅੰਦਰ ਮੈਂ ਹੁਣੇ ਚੱਲ ਰਿਹਾ ਸੁਖਮਨੀ ਸਾਹਿਬ ਦਾ ਪਾਠ ਸੁਣ ਰਿਹਾ ਸਾਂ ਅਤੇ ਸੁਣਦਿਆਂ ਸੁਣਦਿਆਂ ਇੱਕ ਲਾਈਨ ਸਾਹਮਣੇ ਆ ਗਈ। ਉਹ ਲਾਈਨ ਸੀ, ਬ੍ਰਹਮ ਗਿਆਨੀ ਕਾ ਸਗਲ ਆਕਾਰ, ਬ੍ਰਹਮ ਗਿਆਨੀ ਆਪ ਨਿਰੰਕਾਰ। ਅਤੇ ਮੈਂ ਹੈਰਾਨ ਹੋਇਆ, ਬਸ ਐਸੀ ਚੀਜ਼ ਨੇ ਪਰੇਸ਼ਾਨੀ ਕਰ ਦਿੱਤੀ ਵੀ ਗੁਰੂ ਆਖ ਰਿਹਾ ਬ੍ਰਹਮ ਗਿਆਨੀ ਆਪ ਨਿਰੰਕਾਰ, ਅਤੇ ਬਸ ਫਿਰ ਤਾਂ ਨਿਰੰਕਾਰ ਬਣਨਾ, ਰੱਬ ਬਣਨਾ ਸੌਖਾ ਹੈ, ਮਨੁੱਖ ਬਣਨ ਦੀ ਕੀ ਲੋੜ ਹੈ, ਰੱਬ ਹੀ ਬਣੂ। ਅੱਜ ਇਸ ਧਰਤੀ 'ਤੇ, ਅੱਜ ਇਸ ਸੰਸਾਰ ਵਿੱਚ, ਸਾਡੇ ਦੇਸ਼ ਵਿੱਚ ਤਾਂ ਤੁਸੀਂ ਹਰ ਗਲੀ ਕੋਈ ਕੋਈ ਨਾ ਕੋਈ ਬ੍ਰਹਮ ਗਿਆਨੀ ਵੇਖ ਲਓਗੇ। ਅਤੇ ਗੁਰੂ ਆਖ ਰਿਹਾ ਨਾਨਕ ਨਿਰਭਉ ਨਿਰੰਕਾਰ ਸੱਚ ਏਕ, ਉਹ ਇੱਕ ਹੈ। ਪਰ ਸਾਡਾ ਬ੍ਰਹਮ ਗਿਆਨੀ ਨਿਰੰਕਾਰ ਜਿਹੜਾ ਉਹ ਗਲੀ ਗਲੀ ਹੈ। ਕਿਉਂ? ਕਿਉਂਕਿ ਅਸੀਂ ਸਿਰਫ ਚੋਲਾ ਹੀ ਦੇਖ ਸਕਦੇ ਹਾਂ, ਅਸੀਂ ਸਿਰਫ ਗੋਲ ਪੱਗ ਹੀ ਦੇਖ ਸਕਦੇ ਹਾਂ, ਅਸੀਂ ਸਿਰਫ ਹੱਥ ਵਿੱਚ ਫੜਿਆ ਹੋਇਆ ਸਿਮਰਨਾ ਹੀ ਦੇਖ ਸਕਦੇ ਹਾਂ। ਇਸ ਤੋਂ ਅੱਗੇ ਸਾਡੇ ਕੋਲ ਕੋਈ ਪਛਾਣ, ਸਾਡੇ ਨਾਲੋਂ ਪੰਛੀ ਚੰਗਾ ਜਿਹੜਾ ਉਸ ਸਿਮਲ ਰੁੱਖ 'ਤੇ ਆਉਂਦਾ ਅਤੇ ਚੁੰਝ ਲਾਉਂਦਿਆਂ ਕਹਿੰਦਾ ਨਹੀਂ ਮੇਰੇ ਕੰਮ ਦਾ ਨਹੀਂ, ਛੱਡ ਕੇ ਚਲਾ ਜਾਂਦਾ। ਮੈਂ ਹੈਰਾਨ ਹੁੰਦਾ ਗੁਰਬਾਣੀ ਵਿੱਚ ਕੈਸੀਆਂ ਰਮਜ਼ਾਂ ਨੇ, ਸਿਮਲ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਛ, ਉਹ ਜੇ ਆਵੇ ਆਸ ਕਰ ਜਾਏ ਨਿਰਾਸੇ ਕਿੱਤ, ਜਿਹੜੇ ਆਸ ਲੈ ਕੇ ਅਸਾਂ ਨਿਰਾਸੇ ਚਲੇ ਗਏ। ਕਿਉਂ? ਕਿਉਂਕਿ ਫਲ ਫਿੱਕੇ ਫੁੱਲ ਵਕਤ ਬੱਕੇ, ਕੰਮ ਨਾ ਆਵੇ ਪੱਤ। ਅਤੇ ਮੈਂ ਜ਼ਿਆਦਾ ਵਿਸਥਾਰ ਵਿੱਚ ਨਾ ਜਾਵਾਂ, ਅੱਜ ਦੇ ਸ਼ਬਦ ਦਾ ਮਤਲਬ ਵੀ ਹੋਇਆ, ਕਹਿਣ ਲੱਗੇ ਮੈਂ ਤੈਨੂੰ ਇਹ ਦੱਸਣਾ ਚਾਹੁੰਦਾ ਤੂੰ ਵੀ ਇੱਕ ਪੰਖੀ ਬਣ ਕੇ ਇਸ ਸੰਸਾਰ ਵਿੱਚ ਆਇਆ ਹੈ, ਅਤੇ ਸੰਸਾਰ ਵਿੱਚ ਇਸ ਤਰਵਰ 'ਤੇ, ਸੰਸਾਰ ਦੇ ਇਸ ਤਰਵਰ ਦਰਖਤ 'ਤੇ ਦੋ ਫਲ ਨੇ, ਨੇਕੀ ਅਤੇ ਬਦੀ ਦਾ, ਸੱਚ ਅਤੇ ਝੂਠ ਦਾ, ਚੰਗਾਈਆਂ ਅਤੇ ਬੁਰਿਆਈਆਂ ਦਾ। ਤੂੰ ਹੁਣ ਪਛਾਣ ਕਰ ਭਲਾ ਇਹਦੇ ਵਿੱਚੋਂ ਤੈਨੂੰ ਕੀ ਚਾਹੀਦਾ। ਬਿਖ ਅੰਮ੍ਰਿਤ ਕਰਤਾਰ ਉਪਾਏ, ਸੰਸਾਰ ਬਿਰਖ ਕੋ ਦੋਏ ਫਲ ਲਾਏ। ਉੱਥੇ ਵੀ ਤੋਕਾਈ ਨਾਨਕ ਤਰਵਰ ਏਕ ਫਲ ਦੋਏ, ਇਹਦੇ ਵਿੱਚ ਦੋ ਫਲ ਲੱਗੇ। ਆ ਜੰਗਲਾਂ ਵਿੱਚ ਬੜੇ ਜ਼ਹਿਰੀਲੇ ਦਰਖਤ ਵੀ ਨੇ ਜਿਨ੍ਹਾਂ ਨਾਲ ਜ਼ਹਿਰ ਭਰੇ ਬੂਟੇ ਨੇ, ਕਦੀ ਵੇਖਿਆ ਜੇ ਪੰਛੀ ਉਹਨਾਂ ਬੂਟਿਆਂ ਦੇ ਫਲ ਖਾਂਦੇ ਹੋਣ? ਕੋਇਲ ਸਾਰਾ ਸਾਲ ਉਡੀਕਦੀ ਰਹਿੰਦੀ ਹੈ ਕਦੋਂ ਅੰਬਾਂ ਨੂੰ ਬੂਰ ਪਵੇ, ਅਤੇ ਮੈਂ ਅੰਬਾਂ ਦੀ ਟਾਹਣੀ 'ਤੇ ਬੈਠ ਕੇ ਬੋਲਾਂ। ਅਸੀਂ ਤਾਂ ਪੰਛੀਆਂ ਨਾਲੋਂ ਵੀ ਗਿਰ ਗਏ, ਇੰਨੀ ਕਮਜ਼ੋਰੀ ਸਾਡੇ ਵਿੱਚ ਕਿ ਸੰਸਾਰ ਅੰਦਰ ਕਦਮ ਕਦਮ 'ਤੇ, ਗਲੀ ਗਲੀ 'ਤੇ, ਨੁੱਕਰ ਨੁੱਕਰ 'ਤੇ ਮਨਮਤ ਦੀ ਕੁਰਾ ਬੁਰਾਈਆਂ ਦੀ ਜ਼ਹਿਰ ਫੈਲ ਰਹੀ ਹੈ, ਅਸੀਂ ਪਛਾਣ ਹੀ ਨਹੀਂ ਸਕਦੇ। ਸਾਡੇ ਨਾਲੋਂ ਪੰਖੀ ਚੰਗਾ। ਗੁਰੂ ਕਹਿੰਦੇ ਨੇ ਨਾਨਕ ਤਰਵਰ ਏਕ ਫਲ ਦੋਏ, ਪੰਖੇਰੂ ਆਏ, ਅਸੀਂ ਪੰਖੀ ਰੂਪ ਵਿੱਚ ਆਏ,
ਅਤੇ ਸਾਨੂੰ ਆਉਂਦਿਆਂ ਭਾਵ ਜੀਵਨ ਜਦੋਂ ਆਉਂਦਾ ਕੋਈ ਪਤਾ ਥੋੜ੍ਹਾ ਹੁੰਦਾ, ਜਦੋਂ ਜਾਂਦਾ ਉਦੋਂ ਪਤਾ ਥੋੜ੍ਹਾ ਹੁੰਦਾ, ਕਿਸੇ ਨੂੰ ਦੱਸਦਾ ਹੀ ਨਹੀਂ। ਕਹਿਣ ਲੱਗੇ ਆਵਤ ਜਾਤ ਨਾ ਦੀ ਸਹੀ, ਨਾ ਇਹ ਆਉਂਦਾ ਦਿਸਦਾ ਨਾ ਜਾਂਦਾ ਦਿਸਦਾ, ਨਾ ਪਰ ਪੰਖੀ ਤਾਏ। ਇਹ ਪੰਖੀ ਵੀ ਇਹੋ ਜਿਹਾ ਜਿਹਨੂੰ ਖੰਭ ਨਹੀਂ ਲੱਗੇ ਹੋਏ ਵੀ ਉਹਦੀ ਉੱਡਦਿਆਂ ਦੀ ਕੋਈ ਆਵਾਜ਼ ਹੀ ਆਵੇ। ਨਾ ਪਰ ਪੰਖੀ ਤਾਏ, ਆਵਤ ਜਾਤ ਨਾ ਦੀ ਸਹੀ, ਨਾ ਪਰ ਪੰਖੀ ਪਾਤਾ ਹੈ। ਫਿਰ ਕਹਿਣ ਲੱਗੇ ਬਹੁ ਰੰਗੀ ਰਸ ਭੋਗਿਆ। ਦੋ ਤਰ੍ਹਾਂ ਦੇ ਨੇ, ਇੱਕ ਉਹ ਨੇ ਜਿਹੜੇ ਸੰਸਾਰ ਦੇ ਅੰਦਰ ਪਛਾਣ ਨਹੀਂ ਕਰ ਸਕਦੇ, ਸੰਸਾਰ ਦਾ ਇਹ ਮਨੁੱਖ ਰੂਪ ਜੀਵ ਰੂਪ ਪੰਛੀ ਨੂੰ ਮੁਖਾਤਬ ਕਰ ਰਹੇ ਨੇ, ਤੂੰ ਵੀ ਪੰਖੀ ਹੈ, ਦੇਖ ਸੰਸਾਰ ਵਿੱਚ ਕਿਵੇਂ ਰਹਿਣਾ। ਜੇ ਤੂੰ ਪਰਖ ਛੱਡ ਦੇਵੇਂਗਾ, ਗਿਆਨ ਛੱਡ ਦੇਵੇਂਗਾ, ਤੇ ਜ਼ਹਿਰ ਦੇ ਬੂਟਿਆਂ ਦੇ ਜ਼ਹਿਰ ਭਰੇ ਫਲ ਕੁਰਾਹੀਆਂ, ਗੁਰਮਤ ਦੇ ਵਿਰੁੱਧ ਮਨਮਤ ਦੀਆਂ ਵਿਕਾਰਾਂ ਦੀਆਂ ਗੱਲਾਂ ਜੀਵਨ ਵਿੱਚ ਪ੍ਰਵੇਸ਼ ਕਰ ਜਾਣਗੀਆਂ, ਯਕੀਨ ਕਰ ਤੂੰ ਉਹ ਪੰਖੀ ਹੋਏਗਾ ਜਿਹੜਾ ਬਹੁ ਰੰਗੀ ਰਸ ਹੋ ਗਿਆ। ਤੇ ਨਾਲ ਕਹਿਣ ਲੱਗੇ ਸ਼ਬਦ ਰਹੇ ਨਿਰਵਾਣ, ਜਿਹੜੇ ਸ਼ਬਦ ਨਾਲ ਜੁੜ ਜਾਣਗੇ, ਗੁਰਬਾਣੀ ਨੂੰ ਸਮਝਣਗੇ, ਗੁਰਮਤ ਅਨੁਸਾਰ ਜੀਵਨ ਗੁਜ਼ਾਰਨਗੇ, ਉਹ ਨਿਰਵਾਣ ਹੋ ਜਾਣਗੇ। ਉਹਨਾਂ ਨੂੰ ਕੋਈ ਚਿੰਤਾ ਨਹੀਂ, ਸੰਸਾਰ ਅੰਦਰ ਵਿਕਾਰ ਹੋਣਗੇ, ਉਹ ਵਿਕਾਰੀ ਨਹੀਂ ਬਣ ਸਕਦੇ। ਸੰਸਾਰ ਮਨਮਤ ਵਿੱਚ ਫਿਰੇਗੀ, ਉਹ ਮਨਮਤ ਨਹੀਂ ਗ੍ਰਹਿਣ ਕਰਨਗੇ। ਸੰਸਾਰ ਅੰਦਰ ਪਖੰਡ ਹੋਣਗੇ, ਉਹ ਕਿਸੇ ਐਸੇ ਮਨੁੱਖ ਨੂੰ ਬ੍ਰਹਮ ਗਿਆਨੀ ਆਖ ਕੇ ਸਿਰ ਨਹੀਂ ਝੁਕਾਉਣਗੇ। ਇਹ ਸਾਡੀ ਕਮਜ਼ੋਰੀ ਹੈ ਕਿ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ ਪਚੱਤਰ ਨਾਟਕ ਵਰਗੇ ਗ੍ਰੰਥ ਖੜ੍ਹੇ ਕਰ ਦਿੱਤੇ ਗਏ ਨੇ, ਉਹਨਾਂ ਵੇਖਿਆ ਵੀ ਇਹ ਪਛਾਣ ਹੀ ਨਹੀਂ ਸਕਦਾ। ਜੇ ਭਲਾ ਅਸੀਂ ਪਛਾਣਨ ਵਾਲੇ ਗੁਰੂ ਨੇ ਕਿਉਂ ਕਹਿ ਦਿੱਤਾ ਬਹੁ ਰੰਗੀ ਰਸ ਭੋਗ ਗਿਆ। ਅਤੇ ਨਾਲ ਹੀ ਕਹਿਣ ਲੱਗੇ ਸ਼ਬਦ ਰਹੇ ਨਿਰਵਾਣ, ਅਤੇ ਅਗਲੀ ਲਾਈਨ ਅੰਦਰ ਫੈਸਲਾ ਕਰ ਦਿੱਤਾ। ਕਹਿਣ ਲੱਗੇ ਨਾਨਕ, ਇੱਕ ਖਿਆਲ ਕਰੀ, ਨਾਨਕ ਸ਼ਬਦ ਵਰਤਿਆ, ਨਾਨਕ ਦਾ ਆਪਣਾ ਤਜਰਬਾ ਹੈ। ਹਰ ਰਸ ਕੇ ਰਾਤੇ ਨਾਨਕਾ, ਹਰ ਰਸ ਕੇ ਰਾਤੇ, ਹਰ ਰਸ ਫਲ ਕੇ ਰਾਤੇ ਨਾਨਕਾ, ਕਰਮ ਸੱਚਾ ਨਿਸ਼ਾਨ। ਸੱਚੇ ਕਰਮ ਦੀ, ਚੰਗੇ ਕਰਮ ਦੀ ਨਿਸ਼ਾਨੀ ਹੈ ਕਿ ਉਹ ਹਰੀ ਰਸ ਚੰਗੇ ਫਲ ਨੂੰ ਗ੍ਰਹਿਣ ਕਰਦਾ, ਝੂਠੇ ਫਲ ਨੂੰ ਛੱਡ ਦਿੰਦਾ। ਜੇ ਤੂੰ ਇਸ ਸੰਸਾਰ ਵਿੱਚ ਰਹਿਣਾ ਤਾਂ ਰਹਿਣਾ ਗੁਰੂ ਕੋਲੋਂ ਸਿੱਖ। ਉਹ ਆਖੇਗਾ ਦੁਨੀਆ ਨਾ ਸਲਾਹੇ ਜੋ ਮਰ ਵੰਜਸੀ, ਲੋਕਾਂ ਨਾ ਸਲਾਹੇ ਜੋ ਮਰ ਖਾਕਤੀ ਭਲਿਆ। ਆ ਗੁਣਾਂ ਦੇ ਕੰਮ ਛੱਡ ਦੇ, ਜਿੰਨੀ ਕੰਮੀ ਨਾ ਹੈ ਗੁਣ ਤੇ ਕੰਮੜੇ ਵਿਸਾਰ, ਮਤ ਸ਼ਰਮਿੰਦਾ ਥੀ ਵੈ ਸਾਈਂ ਦੇ ਦਰਬਾਰ। ਜਿਸ ਦਿਨ ਤੂੰ ਗੁਰੂ ਦੀ ਇਹ ਗੱਲ ਸੁਣ ਕੇ ਮਨ ਵਿੱਚ ਗ੍ਰਹਿਣ ਕਰ ਲਈ, ਜਿਵੇਂ ਗੱਲ ਰਾਤ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਆਖੀ, ਕਹਿਣ ਲੱਗੇ ਮਨ ਰੇ ਸਾਚਾ ਗਹੋ ਵਿਚਾਰਾ।
ਮੈਂ ਗੱਲ ਸੱਚ ਦੀ ਆਖ ਰਿਹਾ, ਹਿਰਦੇ ਵਿੱਚ ਧਾਰਨ ਕਰ ਲੈ। ਉਹ ਗੱਲ ਕੀ ਹੈ? ਰਾਮ ਨਾਮ ਬਿਨ ਮਿਥਿਆ ਮਨ ਨੂੰ ਸਗਰ ਹੋਏ ਸੰਸਾਰ। ਪਛਾਣ ਸੰਸਾਰ ਦੇ ਉਸ ਹਿੱਸੇ ਨੂੰ ਜਿੱਥੇ ਪਖੰਡ ਹੈ, ਜਿੱਥੇ ਧੋਖਾ ਹੈ, ਜਿੱਥੇ ਵਿਕਾਰ ਨੇ। ਜੇ ਵਿਕਾਰਾਂ ਦੀ ਦੁਨੀਆ ਛੱਡ ਦੇਵੇਂ, ਚੰਗੇ ਪਾਸੇ ਚੰਗੀ ਸੁਚੱਜੀ ਦੁਨੀਆ ਵਿੱਚ ਸਤਸੰਗ ਵਿੱਚ ਆਪਣੇ ਜੀਵਨ ਨੂੰ ਜੋੜ ਲਵੇਂ, ਗੁਰੂ ਸ਼ਬਦ ਅਨੁਸਾਰ ਆਪਣਾ ਜੀਵਨ ਪੰਧ ਰਸਤਾ ਅਖਤਿਆਰ ਕਰ ਲਵੇ, ਫਿਰ ਇਹ ਸੰਸਾਰ ਮਾੜਾ ਨਹੀਂ, ਫਿਰ ਇਹ ਵਿਸ ਸੰਸਾਰ ਤੁਮ ਜੇ ਦੇਖਦੇ। ਇਹੋ ਹਰ ਕਾ ਰੂਪ ਹੈ। ਹਰ ਰੂਪ ਨਦਰੀਆਂ ਆਇਆ, ਕਹਿਣ ਲੱਗੇ ਇਹ ਗੱਲ ਉਸ ਪੰਖੀ ਵਾਂਗੂ ਸਮਝ ਲੈ, ਕਿਉਂਕਿ ਤੂੰ ਵੀ ਇੱਕ ਪੰਖੀ ਹੈ। ਇਹੋ ਗੱਲ ਕਹਿਣ ਲੱਗੀ। ਧਰੁਵਰ ਏਕ ਨਾਨਕ, ਧਰੁਵਰ ਏਕ ਫਲ ਦੋ, ਫਲ ਦੋ ਤਰਵਰ ਤੇ, ਉਸ ਬਿਰਖ ਤੇ ਜਿਹਦੇ 'ਤੇ ਚੰਗਿਆਈਆਂ ਅਤੇ ਬੁਰਿਆਈਆਂ ਦੋ ਤਰ੍ਹਾਂ ਦੇ ਫਲ ਲੱਗੇ ਹੋਏ ਨੇ। ਇਹ ਜੀਵ ਜਿੰਨੇ ਨੇ ਉਸ ਦਰਖਤ 'ਤੇ ਆ ਕੇ ਬੈਠੇ ਨੇ, ਹੁਣ ਇਹਨਾਂ ਦੀ ਪਛਾਣ 'ਤੇ ਨਿਰਭਰ ਹੈ ਕਿ ਉਹਨਾਂ ਦੋਹਾਂ ਫਲਾਂ ਵਿੱਚੋਂ ਇਹਨੂੰ ਕੀ ਪਸੰਦ ਆਇਆ। ਪੰਖੇ ਸੰਸਾਰ ਵਿੱਚ ਕਿਵੇਂ ਜੀਉਣਾ ਹੈ? ਉਸ ਪੰਖੀ ਵਾਂਗੂ ਜਿਹੜਾ ਧਰਵਰ 'ਤੇ ਬੈਠ ਕੇ ਦੋ ਫਲਾਂ ਵਿੱਚੋਂ ਆਪਣੇ ਜੀਵਨ ਲਈ ਕੋਈ ਫਲ ਦੀ ਚੋਣ ਕਰ ਸਕੇ। ਉਹ ਹਰ ਇੱਕ ਚੀਜ਼ ਨਾਲ ਸੰਬੰਧ ਰੱਖਦਾ ਹੈ, ਖੁਰਾਕ ਵਿੱਚ ਵੀ, ਪਹਿਨਣ ਵਿੱਚ ਵੀ, ਦੋਸਤੀ ਵਿੱਚ ਵੀ। ਚੋਣ ਕਰਨੀ ਪਏਗੀ, ਨਹੀਂ ਤਾਂ ਗੁਨਾਹ ਹੋ ਜਾਏਗਾ। ਗੁਰੂ ਕਹਿੰਦੇ ਨੇ ਪਛਾਣ ਕਰ, ਨਹੀਂ ਤਾਂ ਪਖੰਡ ਦੇ ਪਿੱਛੇ ਲੱਗ ਕੇ ਝੂਠੀ ਦੁਨੀਆ ਲੱਗ ਨਾ ਆਪ ਵਿਆਈ ਹੈ।
ਬੋਲੀਏ ਸੱਚ ਧਰਮ ਝੂਠ ਨਾ ਬੋਲੀਏ। ਉਹਦਾ ਤਰੀਕਾ ਇੱਕੋ ਹੈ ਕਿ ਜੋ ਗੁਰ ਦੱਸੇ ਵਾਟ ਮੁਰੀਦਾ ਜੋੜੀਏ, ਜਿਹੜੀ ਵਾਟ ਜਿਹੜਾ ਰਸਤਾ ਗੁਰੂ ਦੱਸੇ। ਹੇ ਸਿੱਖਾ ਮੁਰੀਦਾ, ਮੁਰੀਦਾ ਤੋਂ ਭਾਵ ਸਿੱਖਾ, ਜੁਲੀਏ ਤੋਂ ਭਾਵ ਜੁਲਣਾ, ਰਹਿੰਦੇ ਦੀ ਬੋਲੀ ਹੈ। ਜਿੰਦ ਜੁਲਣਾ ਕਹਿੰਦੇ ਨੇ ਜਾਣਾ ਤੁਰਨਾ, ਕਹਿੰਦੇ ਜਿਹੜਾ ਵਰਾਹ ਗੁਰੂ ਦੱਸੇ ਉਹਦੇ 'ਤੇ ਚੱਲਣਾ ਸਿੱਖ, ਅਤੇ ਜੇ ਤੂੰ ਗੁਰੂ ਕੋਲੋਂ ਪੁੱਛ ਕੇ ਰਾਹ ਨਿਸ਼ਚਿਤ ਕਰੇ ਅਤੇ ਚੱਲਣਾ ਸਿੱਖੇ, ਫਿਰ ਇਸ ਸੰਸਾਰ ਵਿੱਚ ਰਹਿ ਜੀਵਨ ਸਫਲ ਹੋ ਜਾਏਗਾ। ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਚੁੱਕਾਂ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।